ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਅੱਜ ਉਹ ਦਿਨ ਆ ਕਿ ਅਸੀਂ 3-4 ਦਿਨ ਲਈ ਸਾਰੇ ਜਣੇ ਅੱਡ ਅੱਡ ਹੋਣ ਲੱਗੇ ਆ। ਮੈਂ ਤੇ ਰਣਛੇਰ ਚੱਲੇ ਆ ਕੈਂਟ ਨੂੰ, ਕਿਉਂਕਿ ਉੱਥੇ ਵਿਆਹ ਨੇੜੇ ਆ ਗਿਆ, ਉੱਥੇ ਕੰਮ ਕਾਰ ਕਰਾਉਣੇ ਆ। ਪਿੰਦਰ ਮੰਮੀ ਡੈਡੀ ਚੱਲੇ ਆ ਬੰਬੇ ਨੂੰ, ਕਿਉਂਕਿ ਇੰਟਰਵਿਊ ਆ। ਚਾਹੇ ਆਪਾਂ ਲੱਖ ਲੜਦੇ ਆ, ਚਾਹੇ ਲੱਖ ਤੇਰੇ ਚੁਪੇੜਾ ਪੈਂਦੇ ਆ, ਲੱਖ ਤੇਰੇ ਡਾਂਗਾਂ ਪੈਂਦੀਆਂ ਨੇ, ਪਰ ਤੇਰੇ ਲਈ ਅੱਜ ਤੋਰੇ ਨੂੰ ਲਿਖੀਆਂ ਨੇ, ਮੈਂ ਲਿਖੀਆਂ ਨੀ ਹੈਗੀਆਂ, ਲਿਖਿਆ ਕਿਸੇ ਹੋਰ ਨੇ, ਪਰ ਮੈਂ ਤੈਨੂੰ ਕਹਿਣ ਲੱਗਿਆ। ਹਾਂਜੀ ਵੇ ਸੱਜਣਾ, ਤੇਰੇ ਬਿਨਾ ਜੀ ਨਹੀਂ ਉਹ ਲੱਗਣਾ, ਵੇ ਸੱਜਣਾ ਤੇਰੇ ਬਿਨਾ ਜੀ ਨਹੀਂ ਉਹ ਲੱਗਣਾ, ਮੇਰੇ ਕੱਪੜੇ ਮੈਨੂੰ ਕੌਣ ਫੜਾਊਗਾ, ਸਾਰੇ ਬੈਗ ਕਰਤੇ ਆ ਤੁਹਾਡੇ, ਬੈਗ ਚੋਂ ਕੱਢ ਕੇ ਪੌੜੀਆਂ ਚ ਪਾ ਕੇ ਕੌਣ ਦਊਗਾ, ਮੇਰੀਆਂ ਜੁਰਾਬਾਂ ਮੇਰੀਆਂ ਬੈਲਟਾਂ ਕੌਣ ਦੱਬੂਗਾ, ਵੇ ਸੱਜਣਾ ਆਪ ਹੀ ਲੱਭੋਗੇ, ਵੇ ਸੱਜਣਾ ਹਮ ਤੋ ਆਪ ਮਿਸ ਕਰੇਗੇ ਆਪਕੋ। ਮੋਟੇ ਕੱਪੜੇ ਨਾ ਪਾ ਲਿਓ, ਪਤਲੇ ਲੈ ਕੇ ਜਾਇਓ। ਚਲੋ ਕੋਈ ਨੀ, ਲੱਗ ਜੂਗਾ। ਪਿੰਦਰ ਦੀ ਪੈਕਿੰਗ ਵੀ ਡਨ ਆ ਤੇ ਆਪਣੀ ਵੀ ਡਨ ਆ, ਤੇ ਹੁਣ ਆਪਾਂ ਚੱਲੀਏ। ਆ ਜਾਓ ਜੀ। ਪਹਿਲਾਂ ਤਾਂ ਅੱਜ ਸਾਡਾ ਇਹ ਪਲਾਨ ਸੀਗਾ ਵੀ ਮੈਨੂੰ ਬਰਿੰਦਰ ਆ ਕੇ ਲੈ ਜੂਗਾ, ਬਟ ਫਿਰ ਪਿੰਦਰ ਕਹਿੰਦੇ ਵੀ ਹਲੇ ਸਾਡਾ ਮੋਹਾਲੀ ਜਾਣ ਨੂੰ ਥੋੜਾ ਜਿਹਾ ਟਾਈਮ ਹੈਗਾ ਵਾ, ਮੈਂ ਹੀ ਤੈਨੂੰ ਛੱਡਿਆ। ਕਿਉਂ ਜੀ? ਜੂਹੂ ਬੀਚ ਉਹ ਖਾ ਕੇ ਆਯੋ, ਅੱਗੇ ਆਪਾਂ ਡੋਸਾ ਖਾਦਾ ਸੀ, ਬਹੁਤ ਸਵਾਦ ਸੀਗਾ। ਮੈਂ ਤੇ ਕਹਿਣ ਲੱਗੀ ਜੂਹੂ ਵੀ ਜਾ ਕੇ ਧੱਕੇ ਖਾ ਕੇ ਆਇਓ, ਖਾਇਆ ਉਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ, ਟ੍ਰੈਫਿਕ ਤੇ ਜਾਊ ਮੈਂ ਧੱਕੇ ਹੀ ਖਾਂਦਾ ਉੱਥੇ। ਸਹੀ ਗੱਲ ਆ। ਚਲੋ ਵੀ ਹੁਣ ਚੱਕੋ ਥੋੜਾ ਜਿਹਾ ਸਮਾਨ, ਇੰਨਾ ਤਾਂ ਮੈਂ ਇਕੱਲੀ ਚੱਕ ਨਹੀਂ ਸਕਦੀ ਹੈਗੀ ਯਾਰ। ਮੋਟੇ ਕੱਪੜੇ ਨਾ, ਕੱਪੜੇ ਕੋਈ ਖਾਸ ਨਹੀਂ ਹੈਗੇ, ਬਸ ਆ ਕੋਟਾ ਕੋਟਾ ਨੇ ਸਾਰੀ ਜਗ੍ਹਾ ਰੋਕੀ ਪਈ ਆ। ਪਿੰਦਰ ਨੇ ਬੰਬੇ ਜਾਣਾ, ਪਿੰਦਰ ਦਾ ਇੱਕ ਨਿੱਕਾ ਜਿਹਾ ਬੈਗ ਆ। ਹਾਂਜੀ ਸੋਹਣਾ ਟੈਚੀ ਮੈਨੂੰ ਦੇ ਦਿੰਦੀ, ਇੰਨੇ ਤੁਹਾਡੇ ਕੱਪੜੇ ਹੀ ਨਹੀਂ ਸੀ ਟੈਚੀ ਚ ਪਾਉਣ ਜੋਗੇ। ਕੋਈ ਫਲੈਟ ਚ ਕੁੜੀ ਘੜੀ ਦੇਖ ਲੈਂਦੀ, ਪਵਨ ਨੇ ਤਾਂ ਅੰਦਰੋਂ ਲਿਆ ਕੇ ਲਫਾਫਾ ਧਰਿਆ, ਪਹਿਲਾਂ ਇਧਰੋਂ ਪਾੜ ਗਿਆ, ਹੁਣ ਚੱਕਣ ਲੱਗੀ, ਹੁਣ ਇਧਰੋਂ ਗਿਆ। ਨਜ਼ਰਾਂ ਲਾਤੀਆਂ ਤੁਸੀਂ? ਜਦੋਂ ਕੋਈ ਚੀਜ਼ ਬੱਤ ਨੂੰ ਦੀ ਕੈਪੈਸਿਟੀ ਨਾ ਹੋਵੇ ਟੁੱਟ ਜਾਂਦੀ ਆ। ਮੈਨੂੰ ਲੱਗਦਾ ਨਾ ਇਹ ਲਫਾਫਾ ਕਾਗਜ਼ ਦਾ, ਮਤਲਬ ਪੇਪਰ ਜੇ ਦਾ ਵਾ, ਉਹ ਸਲਾਬ ਜੀ ਨਾਲ ਸਿੱਲਾ ਸਿੱਲਾ ਹੋਇਆ ਤਾਂ ਫਟੀ ਜਾਂਦਾ ਵਾ। ਪੰਜ ਕੱਪੜੇ ਵਾਲਾ ਵਾ ਉਹ, ਤੂੰ ਵਿੱਚ ਸੂਟ ਥੁੰਨੀ ਫਿਰਨੀ ਆ, ਉਹ ਵੀ ਉਹ ਕਾਗਜ਼ਾਂ ਦੇ ਪਾ ਪਾ ਕੇ ਭਾਰ ਪਤਾ ਕਿੰਨਾ ਕੀਤਾ। ਚਲੋ ਕੋਈ ਨਹੀਂ, ਹੁਣ ਅਸੀਂ ਔਖੇ ਸੌਖੇ ਚੱਕਦੇ ਹਾਂ, ਕਿਹੜਾ ਬਦਲੂਗਾ। ਚਲੇ ਜਾਓ ਚਲੇ ਜਾਓ, ਹੁਣ ਮੇਰੇ ਤੋਂ ਬੰਬੇ ਨੂੰ ਸਰਵਿਸ ਕਰਾ ਕੇ ਨਾ ਜਾਇਓ। ਵੇ ਸੱਜਣਾ ਤੇਰੇ ਬਿਨਾ ਜੀ ਨਹੀਂ ਲੱਗਣਾ, ਅੱਜ ਹੀ ਮਿਸ ਕਰੂੰਗਾ ਮੈਂ। ਓਕੇ ਹੋਰ ਬਾਕੀ ਸਭ ਠੀਕ ਹੈ? ਓਕੇ ਜੀ। ਅੱਜ ਜਿਹੜਾ ਨਾ ਤੇਰਾ ਡਾਂਟਣਾ, ਹਾਂ ਤੇਰਾ ਲੜਨਾ, ਕੋਈ ਨਹੀਂ, ਆਪਾਂ ਜਿੱਦਣੇ ਵਾਪਸ ਮੁੜੋ ਉਦੋਂ ਚੰਗੀ ਤਰ੍ਹਾਂ ਲੜਾਂਗੇ, ਠੀਕ ਆ। ਡੈਡੀ ਨੇ ਟਰੈਕਟਰ ਤੇ ਬਿਠਾ ਲਿਆ ਸੀ, ਹੁਣ ਉਤਰਦਾ ਨਹੀਂ ਸੀਗਾ, ਰੋ ਕੇ ਹੀ ਉਤਰਿਆ। ਟਰੈਕਟਰ ਚਾਹੀਦਾ ਉਹਨੂੰ।
ਟਰੈਕਟਰ ਤੇ ਬਹਿਣਾ ਗੱਡੀ ਚੱਲ ਗੱਡੀ ਬਸ ਹੁਣ ਠੀਕ ਹੋ ਬਾਏ ਕਰ ਦੇ ਬਾਏ ਕਰ ਦੇ ਦਾਦੂ ਉਹਨਾਂ ਨੂੰ ਪਹਿਲਾਂ ਆਪਾਂ ਚੱਲੇ ਆ ਪੰਧੇਰ ਖੇੜੀ ਕਿਉਂਕਿ ਮੈਂ ਉੱਥੇ ਆਪਦੇ ਨਾ ਇੱਕ ਦੋ ਸੂਟ ਸਟਿਚਿੰਗ ਕਰਨੇ ਦੇਣੇ ਆ। ਮੈਂ ਸੋਚਿਆ ਅੱਜ ਜਾਂਦੇ ਹੋਏ ਫੜਾਈ ਜਾਈਏ, ਨਹੀਂ ਫਿਰ ਟਾਈਮ ਬਾਹਲਾ ਹੋ ਜਾਣਾ ਵਾ। ਕਿਉਂ ਜੀ? ਨਾਲੇ ਪਿੰਦਰ ਕਹਿੰਦੇ ਚਲੋ ਮੈਂ ਹੀ ਚੱਲਦਾ ਵਾ ਸੱਜਣਾ, ਤੇਰੇ ਬਿਨਾਂ ਜੀ ਨਹੀਂ ਲੱਗਣਾ, ਜੀ ਨਹੀਂ ਲੱਗਣਾ। ਰਣ ਸ਼ੇਰ ਕਹਿੰਦਾ ਡੈਡਾ ਮੇਰੇ ਲਈ ਗਾਣਾ, ਇਹਦੇ ਲਈ ਕਿ ਤੇਰੇ ਲਈ ਛੱਡੋ। ਆ ਦੇਖ ਲੈ ਇਧਰ ਨਾਲ ਹੀ ਗਾਣਾ ਗਾਉਣ ਲੱਗ ਗਿਆ ਰਣ ਸ਼ੇਰ। ਥਾ ਐਡਾ ਨਟੰਕੀ ਬਾਜ ਆ ਡੈਡੀ ਹੁਣਾਂ ਕੋਲੇ ਤਾਂ ਰੋਵੇ ਵੀ ਮੈਂ ਗੱਡੀ 'ਚ ਨਹੀਂ ਬਹਿਣਾ। ਫੜ ਕੇ ਮੈਂ ਇਕੱਲੀ ਟਾਕੀ ਲਾਈ ਆ, ਜਦੀ ਚੁੱਪ ਕਰਕੇ ਬਹਿ ਗਿਆ ਹੀ ਗਲ। ਸਾਰੇ ਪਾਸੇ ਪੂਰਾ ਧਿਆਨ ਰੱਖਦਾ ਵਾ ਵੀ ਹਾਂ ਸਾਰੇ ਵਧੀਆ ਰਹਿਣ। ਟਾਈਮ ਹਲੇ ਸਵੇਰ ਦੇ 11:30 ਹੀ ਹੋਏ ਨੇ, ਧੁੰਦ ਹਲੇ ਤੱਕ ਪੂਰੀ ਆ। ਤੁਸੀਂ ਵੀ ਆ ਕੇ ਰੈਡੀ ਹੋ ਕੇ ਜਦੇ ਹੀ ਨਿਕਲ ਜਾਓ, ਠੀਕ ਆ? ਉਹ ਤਾਂ ਠੀਕ ਆ, ਧੁੰਦ ਬਾਲੀ ਹੋਵੇ। ਤੂੰ ਐ ਕਹਿਣਾ ਸੀਗਾ, ਤੇਰੀ ਨਾ ਜਵਾਨ ਚ ਦੇਦਾ ਕਿੰਨਾ ਹੋਆ ਪਕੜ ਨਹੀਂ ਗਈ ਤੇਰੀ ਜਵਾਨ ਤੇ। ਸੀਗਾ ਟਾਈਮ ਹਲੇ, ਤੂੰ ਇਹ ਕਹਿਣਾ ਸੀ ਟਾਈਮ 11:00 ਹਲੇ ਵੀ ਧੁੰਦ ਆ। ਤੂੰ ਕਹਿ ਟਾਈਮ ਹਲੇ, ਮੇਰੇ ਤੇ ਟਾਈਮ ਹਲੇ 11:30 ਹੋਏ ਨੇ, ਹਲੇ ਧੁੰਦ ਹਲੇ ਵੀ ਹੈਗੀ। ਤੇਰੀ ਗੱਲ ਬਣੀ ਨਹੀਂ ਹੈਗੀ, ਤੁਸੀਂ ਕਹਿਣਾ ਟਾਈਮ 11:00 ਤੁਹਾਨੂੰ ਹਲੇ ਵੀ ਚੱਕੀ ਨੀ ਗਈ। ਚਲੋ ਕੋਈ ਨੀ, ਸਾਡੀ ਜਵਾਨ ਤੇ ਪਕੜ ਨਾ ਸਹੀ, ਤੁਸੀਂ ਆਪਦੀ ਤੇ ਰੱਖੋ ਪਕੜ। ਅਸੀਂ ਤਾਂ ਆਉਂਦੇ ਚਲੇ ਜਾਣਾ ਮੋਹਾਲੀ। ਹਾਂ ਚਲੇ ਜਾਇਓ, ਟਾਈਮ ਨਾਲ ਨਿਕਲ ਦਿਓ ਅੱਗੇ। ਡੈਡੀ ਉਹਨਾਂ ਨੂੰ ਆਪਾਂ ਕਹਿ ਕੇ ਆਏ ਆ ਵੀ ਰੈਡੀ ਰਹੋ, ਬਸ ਫਿਰ ਹਨੇਰੇ ਹਨੇਰੇ ਚ ਬੰਬੇ ਪਹੁੰਚ ਜਾਣਾ। ਠੀਕ ਆ, ਹੁਣ ਵੀ ਆਪਾਂ ਪਹਿਲਾਂ ਹੀ ਕਲੀਅਰ ਕਰ ਦਈਏ ਵੀ ਮੈਂ ਬੰਬੇ ਕਿਉਂ ਨਹੀਂ ਚੱਲੀ ਹੈਗੀ। ਪਹਿਲਾਂ ਤਾਂ ਮੇਨ ਰੀਜ਼ਨ ਇਹ ਸੀਗੀ ਵੀ ਫਲਾਈਟਾਂ ਬਹੁਤ ਡਿਲੇ ਹੋ ਰਹੀਆਂ ਨੇ। ਹੁਣ ਜਿਵੇਂ ਕਈ ਜਣੇ ਜਾਂਦੇ ਆ 12-12, 13-13 ਘੰਟੇ ਏਅਰਪੋਰਟ ਤੇ, ਬੱਚੇ ਨਾਲ ਰਹਿਣਾ ਬਹੁਤ ਔਖਾ ਵਾ। ਤੇ ਦੂਜਾ ਫੁੱਫੜ ਜੀ ਬਾਰ ਬਾਰ ਕਹੀ ਜਾਂਦੇ ਸੀ ਤੁਸੀਂ ਕੈਂਟ ਨਹੀਂ ਆਉਂਦੇ, ਕੈਂਟ ਨਹੀਂ ਆਉਂਦੇ। ਮੈਨੂੰ ਐ ਸੀ ਵੀ ਪਿੰਦਰ ਹੋਣੀ ਬੰਬੇ ਜਾਏ ਹੋਣਗੇ, ਮੈਂ ਉਹੀ 2-4 ਦਿਨ ਕੈਂਟ ਲਾ ਆਉਂਗੀ। ਕਿਉਂ ਜੀ? ਸਹੀ ਕਹੀ ਨਾ ਮੈਂ ਬਾਤ? ਹਾਂ ਬਾਕੀ ਪੈਸੇ ਬਚ ਜਾਣ। ਹਾਂਜੀ ਪਤਾ ਕੱਲ ਦੇ ਪਿੰਦਰ ਕੀ ਦਿਲਾਸਾ ਦਿੰਦੇ ਨੇ, ਉਹ ਚੱਲ ਕੋਈ ਨੀ ਜਿਹੜੀਆਂ ਤੁਹਾਡੀਆਂ ਟਿਕਟਾਂ ਲੱਗਣੀਆਂ ਸੀ ਉਹਨੇ ਤਾਂ ਸਾਡੇ ਕੱਪੜੇ ਆ ਗਏ। ਗੱਲ ਵੀ ਸਹੀ ਆ, ਕਿ ਟਿਕਟ ਬਚ ਗਈ, ਇੱਕ ਰੂਮ ਦਾ ਖਰਚਾ ਬਚ ਗਿਆ। ਸਹੀ ਬਾਤ ਆ। ਤੇ ਦੂਜਾ ਮੌਸਮ ਦਾ ਵੀ ਚੱਕਰ ਆ, ਹੁਣ ਆਪਣੇ ਇੱਧਰ ਠੰਡ ਪੂਰੀ ਆ, ਹੁਣ ਬਾਏ ਫਲਾਈਟ ਜਾਣਾ ਉੱਧਰ ਇੱਕਦਮ ਵੈਦਰ ਚੇਂਜ ਹੋਣਾ, ਤੇ ਰਣਸ਼ੇਰ ਲਈ ਉਹ ਫੇਰ ਨਹੀਂ ਸੀ ਸਹੀ। ਸਾਰੇ ਕਲੋਜ਼ ਮਤਲਬ ਠੀਕ ਆ ਯਾਰ, ਉੱਥੇ ਜਾ ਕੇ ਕਿਹੜਾ ਕੁਝ ਕਰਨਾ ਵਾ, ਇੰਟਰਵਿਊ ਜਗੇ ਮੁੜਤਾ ਹੋਣਾ ਵਾ। ਬਿਕੋਜ਼ ਲਾਸਟ ਵੀਡੀਓ ਚ ਕਮੈਂਟ ਆਏ ਸੀਗੇ ਕਹਿੰਦੇ ਪਵਨ ਦਾ ਕੋਈ ਕੰਮ ਤਾਂ ਹੈ ਨਹੀਂ ਸੀਗੀ, ਠੰਡ ਚ ਜਵਾਕ ਨੂੰ ਲੈ ਕੇ ਨਾਲ ਪੂਰੀ ਫਿਰਦੀ ਨਹੀਂ ਚੱਲ ਕੰਮ ਨਹੀਂ ਉਹ ਤਾਂ ਪਿਆ ਇੱਕ ਵਾਰ ਹੁੰਦਾ ਵੀ ਚੱਲ ਇਕੱਠੇ ਨੇ ਸਾਰੇ ਵੀ ਚਲੋ ਜਾ ਆਉਨੇ ਆ ਵੀ ਫਿਰ ਇਹ ਮੌਕਾ ਕਿਹੜਾ ਬਾਰ ਬਾਰ ਮਿਲਦਾ। ਮਿਲੀ ਸਾਡਾ ਪਲਾਨ ਤਾਂ ਘੁੰਮਣ ਦਾ ਹੀ ਸੀ ਉਦੋਂ, ਪਰ ਉਹ ਆਪਣੇ ਜਿਹੜੇ ਸੀਗੇ ਡਰਾਈਵਰ ਸਾਹਿਬ ਉਹ ਸਾਨੂੰ ਲੈ ਕੇ ਨਹੀਂ ਗਏ। ਚਲੋ ਕੋਈ ਨਹੀਂ, ਬਾਕੀ ਜੋ ਹੋਇਆ ਸਾਰਾ ਕੁਝ ਬਹੁਤ ਵਧੀਆ ਹੋਇਆ। ਹੁਣ ਵਿਆਹ ਵੀ ਦੇਖਣਾ ਜ਼ਰੂਰੀ ਆ। ਹਾਂਜੀ ਉਧਰ ਵੀ ਜ਼ਰੂਰੀ ਆ, ਦੋਨੇ ਪਾਸੇ ਜ਼ਰੂਰੀ ਆ ਆਪਾਂ ਨੂੰ, ਤਾਂ ਕਰਕੇ ਪਿੰਦਰ ਇੱਕ ਪਾਸੇ ਚੱਲੇ, ਦੂਜੇ ਪਾਸੇ ਮੈਂ ਚੱਲੀ। ਕਹਿੰਦਾ ਮੈਂ ਵੀ ਚੱਲੇ ਆ, ਮੇਰਾ ਨਾਂ ਨਹੀਂ ਲਿਖਤਾ ਤੁਸੀਂ? ਪੰਧੇਰ ਖੇੜੀ ਪਹੁੰਚ ਗਏ ਆਪਾਂ, ਇੱਥੇ ਗੱਡੀ ਲਾਈ ਆ। ਰਣਸ਼ੇਰ ਨੇ ਨਾ ਉਤਰ ਕੇ ਐਡੀ ਜ਼ੋਰ ਚ ਡਿੰਡ ਕਿਹਾ ਵੀ ਆਲੇ ਦੁਆਲੇ ਸਾਰੇ ਘਰਾਂ ਨੂੰ ਸੁਣ ਗਿਆ ਹੋਊਗਾ। ਹੈ ਮਿਸਤਰੀ ਆਏ ਲੱਗਦੇ, ਜੇ ਮੋਟਰਸਾਈਕਲ ਖੜਾ ਵਾ।
ਕਿੱਥੇ ਚੱਲਿਆ, ਕਿੱਥੇ ਚੱਲਿਆ ਸਕੂਟਰ ਤੇ? ਹੋਰ ਅਨਸ਼ੇਰ ਕਿੱਥੇ ਚੱਲਿਆ ਸਕੂਟਰ ਤੇ? ਲੈ ਹਲੇ ਐਡਾ ਹੋ ਗਿਆ ਤੂੰ। ਸਾਡਾ ਅੱਜ ਤੱਕ ਦਾ ਇਹ ਸਭ ਤੋਂ ਤੇਜ਼ ਪੰਧੇਰ ਖੇਲੀ ਉਹ ਮੁੜਨਾ ਵਾ, ਉਹ ਵੀ ਤਿੰਨੇ ਘਰਾਂ ਚ ਮਿਲ ਕੇ। ਸਾਰੇ ਕਹਿੰਦੇ ਚਾਹ ਪੀ ਲਓ, ਨਹੀਂ ਨਹੀਂ ਜੀ ਸਾਨੂੰ ਕਾਹਲੀ ਬਹੁਤ, ਅਸੀਂ ਤਾਂ ਅੱਜ ਚੱਲੇ। ਤੁਹਾਨੂੰ ਵੀ ਬਾਹਲਾ ਚਾਹ ਮੈਨੂੰ ਛੱਡਣ ਦਾ, ਤੁਸੀਂ ਕਿਹੜਾ ਪੀ ਲਈ ਬੈਠ ਕੇ ਚਾਹ? ਜਿਹੜਾ ਬੰਦਾ ਦਿਨ ਚ ਪੰਜ ਵਾਰੀ ਚਾਹ ਪੀਂਦਾ ਉਹ ਕਹਿ ਰਿਹਾ ਮੈਂ ਵੀ ਚਾਹ ਪੀਂਦਾ, ਦੋ ਤਿੰਨ ਵਾਰੀ ਪੀਂਦਾ, ਦੋ ਕੁ ਵਾਰੀ, ਤਿੰਨ ਵਾਰੀ ਵੀ ਨਹੀਂ, ਚਲੋ ਹੁਣ ਆਪਾਂ ਚੱਲੀਏ ਕੈਨ। ਬਾਏ ਬਾਏ। ਥੱਲਿਓ ਦਾ ਘਰ ਆਪਣਾ ਸਾਰਾ ਆਲਮੋਸਟ ਡਨ ਹੋ ਗਿਆ, ਇੱਥੇ ਸੈਂਕ ਵੀ ਬਣ ਗਿਆ, ਸ਼ੀਸ਼ਾ ਵੀ ਲੱਗ ਗਿਆ, ਇੱਧਰ ਕਿਚਨ ਵੀ ਰੈਡੀ ਆ, ਫਰਿੱਜ ਵੀ ਧਰ ਲਈ ਤੇ ਮਾਈਕ੍ਰੋਵੇਵ ਵੀ ਧਰ ਲਿਆ, ਤੇ ਆਪਣਾ ਉਧਰਲਾ ਵਾਸ਼ਰੂਮ ਵੀ ਰੈਡੀ ਹੋ ਗਿਆ, ਇੱਥੇ ਸੈਂਕ ਵੀ ਲੱਗ ਗਏ। ਪਿੰਦਰ ਤਾਂ ਸਾਨੂੰ ਛੱਡ ਕੇ ਮੁੜ ਗਏ ਤੇ ਹੁਣ ਆਪਾਂ ਚੱਲੇ ਹਾਂ ਲੁਧਿਆਣੇ ਨੂੰ। ਹਲੇ ਮੈਨੂੰ ਆਈ ਨੂੰ ਘੰਟਾ ਵੀ ਨਹੀਂ ਹੋਇਆ, ਜਦ ਨੂੰ ਪਲੈਨ ਬਣ ਗਿਆ ਵੀ ਲੁਧਿਆਣੇ ਜਾਣਾ ਸ਼ੋਪਿੰਗ ਕਰਨ। ਮੈਂ ਗਾਣੇ ਬੰਦ ਕਰਕੇ ਮੈਨੂੰ ਭੰਗੜਾ ਪਾ ਕੇ ਦਿਖਾਉਣ ਲੱਗ ਗਿਆ ਵੀ ਮੈਂ ਨੱਚਣਾ ਵਾ, ਗਾਣੇ ਲਾਓ ਹਾਲੇ। ਟਿੰਗ ਲਿੰਗ ਲਿੰਗ ਟਿੰਗ ਟਿੰਗ ਲਿੰਗ ਲਿੰਗ ਟਿੰਗ ਟਿੰਗ ਲਿੰਗ ਲਿੰਗ, ਇਹਨੂੰ ਗੱਡੀ ਚਾਹੀਦੀ ਆ ਬਸ। ਸਭ ਤੋਂ ਪਹਿਲਾਂ ਆਪਾਂ ਆਏ ਹਾਂ MBD, ਇੱਥੋਂ ਟੈਚੀ ਵਗੈਰਾ ਲੈਣੇ ਆ ਤੇ ਹੋਰ ਥੋੜ੍ਹੀ ਬਹੁਤੀ ਸ਼ੋਪਿੰਗ ਕਰਨੀ ਆ। ਹੁਣ ਇੱਥੋਂ ਆਪਾਂ ਟੈਚੀ ਲੈ ਰਹੇ ਹਾਂ ਵਿਆਹਲੀ ਕੁੜੀ ਲਈ, ਸਹੀ ਲੱਗੀ ਆ ਪੂਰੀ, 50% 50%, 65%, 70%। ਇੱਕ ਅੱਧਾ ਮੇਰਾ ਵੀ ਜੀ ਕਰਦਾ ਵੀ ਲੈ ਹੀ ਲਵਾਂ। ਰਣਛੇਰ ਇੱਥੇ ਬੈਠਾ, ਉਹ ਰਣਛੇਰ ਇੱਧਰ ਦੇ ਮੰਮਾ ਬੱਲੀ। ਅਸੀਂ ਲੈਣ ਟੈਚੀ ਗਏ ਸੀ ਪਰ ਲੈ ਕੇ ਖਾਣ ਪੀਣ ਵਾਲਾ ਸਮਾਨ ਮੁੜਿਆ, ਤੇ ਹੁਣ ਆਪਾਂ ਲਾਈਫ ਸਟਾਈਲ ਤੋਂ ਚੈੱਕ ਕਰਦੇ ਹਾਂ। ਇੱਥੇ ਰਣਛੇਰ ਕਹਿੰਦਾ ਮੈਨੂੰ ਟੈਚੀ 'ਤੇ ਬਿਠਾ ਕੇ ਝੂਟੇ ਦੇਵੋ, ਪੂਰਾ ਖੁਸ਼ ਸੀ। ਮੌਲ 'ਚੋਂ ਕੰਮ ਨਿਬੇੜ ਕੇ ਹੁਣ ਆਪਾਂ ਘੁਮਾਰ ਮੰਡੀ ਆਏ ਸੀ, ਇੱਥੇ ਜੂਲਰੀ ਲੈਣੀ ਆ, ਮਤਲਬ ਜੁਐਲਰੀ ਲੈਣੀ ਆ ਵਿਆਹ ਲਈ, ਮੈਂ ਵੀ ਲੈਣੀ ਆ, ਸਾਰੀਆਂ ਭੈਣਾਂ ਨੇ ਵੀ ਲੈਣੀ ਆ, ਅਤੇ ਇੱਕ ਫੈਸ਼ਨ ਫੈਮੀ ਨਾਲਿਆਂ 'ਤੇ ਜਾਣਾ, ਅਤੇ ਇੱਕ ਰਣਛੇਰ ਦੇ ਕੁੜਤੇ ਪਜਾਮੇ ਦਾ ਨਾਪ ਦੇਣਾ ਕਿਉਂਕਿ ਉਹਦਾ ਇੱਕ ਕੁੜਤਾ ਪਜਾਮਾ ਸਵਾਉਣਾ ਆਪਾਂ ਨੇ ਜਾਗੂ ਕੱਲ੍ਹ ਰਹਿ ਗਿਆ ਸੀਗਾ। ਰਣਛੇਰ ਆਪਦੇ ਸੂਟ ਵੇਚਣ ਲੱਗ ਗਿਆ ਉੱਥੇ ਬੈਠ ਕੇ, ਦੇਖੀ ਕਿਵੇਂ ਦੇਖਦਾ ਭਾਈ ਬਲੀ, ਦੇਖ ਤੂੰ ਕਰ ਲੈਂਦਾ ਵੇ ਕਿਵੇਂ ਬੋਲਦੇ ਰਣਛੇਰ ਰਣਛੇਰ ਇੱਧਰ ਨਹੀਂ। ਮੈਂ ਹਲੇ ਤੱਕ ਜੁਐਲਰੀ ਦਾ ਕੋਈ ਲਈ ਨਹੀਂ ਹੈਗੀ, ਬਟ ਮੈਂ ਚੂੜੀਆਂ ਲੈ ਲਈਆਂ ਜਾਗੋ ਲਈ ਵੀ ਅਤੇ ਵਿਆਹ ਲਈ, ਅਤੇ ਹੁਣ ਭੈਣ ਹੁਣੀਆਂ ਹਲੇ ਉੱਥੇ ਆਪਦੇ ਲਈ ਸਿਲੈਕਟ ਕਰਦੀਆਂ ਸੀ। ਟਾਈਮ ਕਾਫੀ ਹੋ ਗਿਆ, ਹਨੇਰਾ ਵੀ ਹੋ ਗਿਆ, ਪਹਿਲਾਂ ਤਾਂ ਰਣਛੇਰ ਵਰਿੰਦਰ ਕੋਲ ਸੌਂ ਗਿਆ ਸੀ ਬਟ ਹੁਣ ਉਹ ਉੱਠ ਖੜ੍ਹੇ ਆ,
ਹੁਣੀ ਵਰਿੰਦਰ ਦਾ ਫੋਨ ਆਇਆ ਸੀ, ਕਹਿੰਦਾ ਆ ਜਾਓ ਹੁਣੇ, ਰੋਣ ਲੱਗ ਗਿਆ। ਮੈਂ ਕਿਹਾ ਮੈਂ ਫਟਾਫਟ ਜਾ ਕੇ ਜਿੱਥੇ ਆਪਾਂ ਕੱਲ੍ਹ ਪਿੰਦਰ ਉਹਨਾਂ ਦੇ ਕੱਪੜੇ ਦਿੱਤੇ ਸੀ ਉੱਥੇ ਜਾਣਾ, ਕਿਉਂਕਿ ਰਣਸ਼ੇਰ ਦਾ ਇੱਕ ਚਿੱਟਾ ਕੁੜਤਾ ਪਜਾਮਾ ਬਣਾਉਣਾ। ਆਪਾਂ ਉਹਨਾਂ ਨੂੰ ਉਹ ਦੱਸਿਆ ਹੀ ਹੈ ਵੀ ਉਹ ਵੀ ਬਣਾ ਦਿਓ ਤਾਂ ਚਲੋ ਵੀ। ਲਓ ਵੀ ਸ਼ੋਪਿੰਗ ਹੋ ਗਈ ਡਨ, ਹੁਣ ਆਪਾਂ ਚੱਲੀਏ ਘਰ ਨੂੰ, ਕਿਉਂਕਿ ਰਣਸ਼ੇਰ ਥੋੜ੍ਹਾ ਜਿਹਾ ਹੁਣ ਇਰੀਟੇਟ ਹੋ ਗਿਆ ਸੀਗਾ, ਇਹ ਮਾਮੇ ਕੋਲੇ ਬੈਠਾ ਸੀ ਆਪਣੇ ਕੋਲੇ। ਰਾਤ ਘਰੇ ਆਉਂਦੇ ਆਉਂਦੇ ਸ਼ੋਪਿੰਗ ਕਰਕੇ ਕਾਫੀ ਲੇਟ ਹੋ ਗਏ ਸੀ, 9 ਹੀ ਵੱਜ ਗਏ ਸੀ। ਆ ਕੇ ਇੰਨੀ ਕੁ ਥਕਾਵਟ ਹੋਈ, ਪਹਿਲਾਂ ਤਾਂ ਆ ਕੇ ਰਣਸ਼ੇਰ ਨੂੰ ਨਵਾਇਆ, ਰੋਟੀ ਪਾਣੀ ਖਿਲਾਇਆ, ਉਹਨੂੰ ਸਲਾਇਆ, ਫਿਰ ਆਪ ਰੋਟੀ ਪਾਣੀ ਖਾ ਕੇ ਥੋੜ੍ਹੀ ਜਿਹੀ ਰੈਸਟ ਕੀਤੀ। ਅਤੇ ਅੱਜ ਸਵੇਰੇ ਉੱਠਦੇ ਨੂੰ ਰਣਸ਼ੇਰ ਨੂੰ ਰਣਸ਼ੇਰ ਦੀ ਮਾਸੀ ਵੱਲੋਂ ਗਿਫਟ ਮਿਲੇ, ਇਹਦੀ ਮਾਸੀ ਇੱਕ ਹੋਰ ਆਈ ਆ ਕੈਨੇਡਾ ਤੋਂ ਬਾਹਰ, ਇੱਕ ਰਣਸ਼ੇਰ ਲਈ ਆ ਸ਼ਰਟ ਆ ਗੈਪ ਦੀ, ਅਤੇ ਨਾਲ ਉਹਦੇ ਪੈਂਟ, ਅਤੇ ਨਾਲ ਇਹਦੇ ਗੈਪ ਦਾ ਟਰੈਕ ਸੂਟ ਆ ਇੱਕ ਬਲੂ ਕਲਰ ਦਾ, ਅਤੇ ਇੱਕ ਮਿੱਕੀ ਮਾਊਸ ਵਾਲੀ ਸਵੈ ਸ਼ਰਟ ਆ, ਅਤੇ ਇੱਕ ਆ ਗ੍ਰੀਨ ਵਾਲੀ ਸਵੈ ਸ਼ਰਟ ਆ। ਸੋ ਬਹੁਤ ਸੋਹਣੇ ਕੱਪੜੇ ਨੇ, ਅਤੇ ਮੇਰੇ ਲਈ ਵਿਕਟੋਰੀਆ ਸੀਕਰੇਟ ਦਾ ਪਰਫਿਊਮ ਆ। ਰਣਸ਼ੇਰ ਕੱਪੜੇ ਲੈ ਕੇ ਪੂਰਾ ਖੁਸ਼ ਹੋ ਗਿਆ, ਅਤੇ ਹੁਣ ਆਪਾਂ ਵਲੌਗ ਕਰਦੇ ਹਾਂ ਇੱਥੇ ਹੀ ਐਂਡ। ਜੇ ਵਲੌਗ ਵਧੀਆ ਲੱਗਿਆ ਕਿਸੇ ਵੀ ਰੀਜ਼ਨ ਕਰਕੇ, ਵਲੌਗ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ, ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ। ਸੇਦਕ ਕੀ ਕਰਦਾ, ਕਿਹਦੇ ਨਾਲ ਮੰਗੇ ਲੈ ਰਹੇ ਹੋ? ਤੈਨੂੰ ਟੇਕ ਨੀ ਨਾ ਪੁੱਤ, ਹੱਥ ਨਾ ਦੰਦੀ ਵੱਡੂਗਾ, ਇਹ ਤਾਂ ਜੇ ਕਿਸੇ ਪਾਸੇ ਚਲੀ ਵੀ ਜਾਂਦੀ ਆ ਨਾ ਗੱਡੀ ਚ ਬੈਠ ਕੇ, ਤਾਂ ਵੀ ਇਹਨੂੰ ਛੇਤੀ ਛੇਤੀ ਬੁਲਾਊਗਾ ਵੀ ਹਾਂ ਆ ਜਾ ਤੂੰ, ਕਿਉਂ ਚੱਲੀ ਆ। ਹੈਲੋ ਜਨਾਬ ਜੀ, ਆਪ ਜਿਮ ਚੱਲੇ? ਚੱਲ ਫਿਰ ਟਾਈਮ ਨਾ ਜੀ, ਠੀਕ ਓਕੇ, ਬਾਏ ਬਾਏ ਰਣਸ਼ੇਰ ਬਾਰਾ।